ਅੱਜ ਤੁਹਾਨੂੰ ਕਰਤਾਰਪੁਰ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਦਿੰਦੇ ਜਾਈਏ, ਜਿਹਦੇ ਵਿੱਚ ਸਾਡੇ ਸਿੱਖ ਭਰਾਵਾਂ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ। ਪਹਿਲੇ ਵੀ ਅਸੀਂ ਤੁਹਾਡੇ ਨਾਲ ਸਾਰੀਆਂ ਖਬਰਾਂ ਸ਼ੇਅਰ ਕਰ ਚੁੱਕੇ ਹਾਂ ਕਿ ਕਰਤਾਰਪੁਰ ਦੇ ਉੱਪਰ ਕਿੰਨਾ ਕੰਮ ਕੰਪਲੀਟ ਹੋ ਗਿਆ ਅਤੇ ਕਿੰਨਾ ਰਹਿ ਗਿਆ। ਉਹ ਵੀਡੀਓ ਵੀ ਤੁਹਾਨੂੰ ਸਾਡੇ ਚੈਨਲ ਦੇ ਉੱਪਰ ਮਿਲ ਜਾਵੇਗੀ। ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਅਤੇ ਬੈੱਲ ਦਾ ਬਟਨ ਜ਼ਰੂਰ ਨੱਪ ਲੈਣਾ ਆ। ਸਾਡੀ ਸਿੱਖ ਭਰਾਵਾਂ ਅਤੇ ਵੀਰਾਂ ਨਾਲ ਵੀ ਇੱਕੋ ਹੀ ਰਿਕੁਐਸਟ ਹੈ ਕਿ ਖੁਸ਼ ਰਹੋ ਅਤੇ ਅਸੀਂ ਭਰਾ ਵੀ ਤੁਹਾਡੇ ਨਾਲ ਹੈ, ਮੁਸਲਮਾਨ ਭਰਾ। ਅਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਇਹ ਹੈ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਆਖਿਰਕਾਰ ਸਿੱਖ ਭਰਾਵਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦਾ ਐਲਾਨ ਕਰ ਦਿੱਤਾ ਹੈ। ਇਹਦੇ ਵਿੱਚ ਨਨਕਾਣਾ ਸਾਹਿਬ ਦੇ ਉੱਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਅੱਜ ਰੱਖਿਆ ਜਾ ਰਿਹਾ ਹੈ। ਸਾਡੇ ਸਿੱਖ ਭਰਾਵਾਂ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ। ਇਹਦੇ ਉੱਤੇ ਜਿਹੜੇ ਆਉਣ ਵਾਲੇ ਜਿਹੜੇ ਤੋਲਾਬਾਦ ਅਤੇ ਤੋਲਾਬਾਦ ਨੇ ਉਹ ਵੀ ਤਲੀਮ ਹਾਸਲ ਕਰ ਸਕਣਗੇ। ਅਤੇ ਇਸ ਯੂਨੀਵਰਸਿਟੀ ਦੇ ਬਾਰੇ ਦੇ ਵਿੱਚ ਤੁਹਾਨੂੰ ਦੱਸਦੇ ਜਾਵਾਂ ਕਿ ਇਹ ਯੂਨੀਵਰਸਿਟੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਏਗੀ। ਇਹਦੇ ਉੱਤੇ ਹਰ ਕਿਸਮ ਦੀ ਤੁਹਾਨੂੰ ਤਲੀਮ ਦਿੱਤੀ ਜਾਏਗੀ, ਬਾਬਾ ਗੁਰੂ ਨਾਨਕ ਦੇ ਰਿਲੇਟਿਡ ਤਲੀਮ ਦਿੱਤੀ ਜਾਵੇਗੀ। ਤੁਹਾਡੇ ਨਾਲ ਅੱਜ ਦੀ ਖਬਰ ਸ਼ੇਅਰ ਕਰਦੇ ਜਾਈਏ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਅੱਜ ਨਨਕਾਣਾ ਸਾਹਿਬ ਦੇ ਉੱਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਰੱਖਣਗੇ, ਜਿਹਦੇ ਵਿੱਚ ਵਜ਼ੀਰ ਆਲਾ ਪੰਜਾਬ ਸਰਦਾਰ ਉਸਮਾਨ ਬਜ਼ਦਾਰ ਤੇ ਵਫਾਕੀ ਵਜ਼ੀਰ ਦਾਖਲਾ ਏਜਾਜ਼ ਅਹਿਮਦ ਸ਼ਾਹ ਵੀ ਉਹਨਾਂ ਦੇ ਵਿੱਚ ਮੌਜੂਦ ਹੋਣਗੇ। ਵਜ਼ੀਰ ਆਜ਼ਮ ਅਵਾਮੀ ਇਜਤਮਾ ਦੇ ਨਾਲ ਅੱਜ ਖਿਤਾਬ ਕਰਨਗੇ, ਜਿਹਦੇ ਸਾਰੇ ਇੰਤਜ਼ਾਮਾਤ ਕੰਪਲੀਟ ਕਰ ਦਿੱਤੇ ਗਏ ਨੇ। ਵਜ਼ੀਰ ਆਜ਼ਮ ਇਮਰਾਨ ਖਾਨ ਦੇ ਖਿਤਾਬ ਵਾਸਤੇ ਪੰਡਾਲ ਜਿਹੜੇ ਨੇ ਸਜਾ ਦਿੱਤੇ ਗਏ ਨੇ। ਪੰਡਾਲ ਦੇ ਵਿੱਚ 1000 ਤੋਂ ਬਹੁਤੀਆਂ ਕੁਰਸੀਆਂ ਲਾ ਦਿੱਤੀਆਂ ਗਈਆਂ ਨੇ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਮਨਸੂਬਾ ਨਨਕਾਣਾ ਸਾਹਿਬ 2005 ਦੇ ਵਿੱਚ ਜ਼ਿਲ੍ਹਾ ਬਣਨ ਤੋਂ ਬਾਅਦ ਜ਼ੇਰੇ ਗੌਰ ਲਾਇਆ ਗਿਆ ਸੀ, ਮਗਰ 14 ਸਾਲ ਬਾਅਦ ਇਸ ਮਨਸੂਬੇ ਦੇ ਉੱਤੇ ਅਮਲੀ ਆਗਾਜ਼ ਨਾ ਕੀਤਾ ਗਿਆ। ਲੇਕਿਨ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਆਖਿਰਕਾਰ ਸਿੱਖਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਸੁਣਾ ਦਿੱਤੀ ਹੈ ਕਿ ਇੰਟਰਨੈਸ਼ਨਲ ਯੂਨੀਵਰਸਿਟੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਅੱਜ ਰੱਖ ਦਿੱਤਾ ਜਾਵੇਗਾ, ਜਦੋਂ ਤੇ ਕੰਮ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਨਨਕਾਣਾ ਸਾਹਿਬ ਦੇ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਲੋਕਾਂ ਦਾ ਦਰੀਨਾ ਸੀ ਕਿ ਇੱਥੇ ਯੂਨੀਵਰਸਿਟੀ ਬਣਾਈ ਜਾਵੇ। ਬਹੁਤ ਦੇਰ ਦਾ ਉਹਨਾਂ ਦਾ ਮੁਤਾਲਬਾ ਸੀ ਜਿਹੜਾ ਸਾਡੇ ਇਮਰਾਨ ਖਾਨ ਸਾਹਿਬ ਨੇ ਕੰਪਲੀਟ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕੀ ਹਕੂਮਤ ਤੋਂ ਬਾਅਦ ਵਫਾਕੀ ਵਜ਼ੀਰ ਦਾਖਲਾ ਏਜਾਜ਼ ਅਹਿਮਦ ਸ਼ਾਹ ਕੀ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਜਾਰੀ ਉਸਾਰੀ ਹੈ। 107 ਏਕੜ ਦੇ ਵਿੱਚ ਯੂਨੀਵਰਸਿਟੀ ਦਾ ਜਿਹੜਾ ਮਨਸੂਬਾ ਸੀ ਉਹਦਾ ਇਬਤਦਾਈ ਫੰਡਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮਨਸੂਬੇ ਦੇ ਉੱਤੇ ਅਮਲੀ ਤੌਰ ਤੇ ਕੰਮ ਜਾਰੀ ਕਰ ਦਿੱਤਾ ਗਿਆ ਹੈ। ਸਿੱਖ ਮਜ਼ਹਬ ਦੇ ਬਾਨੀ ਬਾਬਾ ਗੁਰੂ ਨਾਨਕ ਦੇ ਨਾਮ ਤੇ ਮਨਸੂਬੇ ਯੂਨੀਵਰਸਿਟੀ ਦਾ ਕਿਆਮ ਇਲਾਕੇ ਦੇ ਹਜ਼ਾਰਾਂ ਤੁਲਬਾ ਤੇ ਤੁਲਬਾਤ ਦੇ ਵਾਸਤੇ ਬਹੁਤ ਅੱਛਾ ਕੰਮ ਹੋ ਗਿਆ ਹੈ। ਬਿਲਖਸੂਸ ਤੁਲਬਾਤ ਚੰਗੀ ਤਲੀਮ ਬਆਸਾਨੀ ਹਾਸਲ ਕਰ ਸਕਣਗੇ। ਸਿਆਸੀ ਤੇ ਸਮਾਜੀ ਤਲੀਮੀ ਹਲਕਿਆਂ ਦੇ ਵਿੱਚ ਯੂਨੀਵਰਸਿਟੀ ਦੇ ਇਸ ਮਨਸੂਬੇ ਦੇ ਕੰਮ ਦੇ ਆਗਾਜ਼ ਦੇ ਉੱਤੇ ਵਜ਼ੀਰ ਆਜ਼ਮ ਇਮਰਾਨ ਖਾਨ ਤੇ ਵਜ਼ੀਰ ਆਲਾ ਪੰਜਾਬ ਸਰਦਾਰ ਉਸਮਾਨ ਬਜ਼ਦਾਰ ਤੇ ਵਫਾਕੀ ਵਜ਼ੀਰ ਦਾਖਲਾ ਏਜਾਜ਼ ਅਹਿਮਦ ਸ਼ਾਹ ਤੇ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕੀਤਾ ਹੈ। ਜਦਕਿ ਸਿੱਖ ਕਮਿਊਨਿਟੀ ਦੇ ਬਾਬਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਦੇ ਮੌਕੇ ਦੇ ਉੱਤੇ ਉਸ ਦੇ ਨਾਂ ਦੀ ਮਨਸੂਬ ਯੂਨੀਵਰਸਿਟੀ ਮਨਸੂਬੇ ਦੇ ਉੱਤੇ ਕੰਮ ਦਾ ਆਗਾਜ਼ ਬਹੁਤ ਖੁਸ਼ਾਇੰਦਾ ਕਰਾਰ ਦਿੱਤਾ ਗਿਆ ਹੈ ਤੇ ਸਿੱਖ ਭਰਾਵਾਂ ਨੇ ਹਕੂਮਤ ਏ ਪਾਕਿਸਤਾਨ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕੀਤਾ ਹੈ। ਸਿੱਖ ਭਰਾਵਾਂ ਵਾਸਤੇ 28 ਤਰੀਕ ਮੈਨੂੰ ਤੇ ਲੱਗਦਾ ਬਹੁਤ ਹੀ ਕੰਮ ਦੀ ਤਰੀਕ ਹੈ। ਅਗਰ ਇਸ ਤਰੀਕ ਨੂੰ ਦੇਖਿਆ ਜਾਵੇ ਤੇ 28 ਨਵੰਬਰ ਤੇ 28 ਅਕਤੂਬਰ 28 ਅਕਤੂਬਰ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਦੀ ਇਹ ਯੂਨੀਵਰਸਿਟੀ ਤਿਆਰ ਕੀਤੀ ਗਈ ਤੇ ਇਸ ਯੂਨੀਵਰਸਿਟੀ ਦਾ ਆਗਾਜ਼ ਕੀਤਾ ਜਾਵੇਗਾ। ਯੂਨੀਵਰਸਿਟੀ ਦਾ ਸੰਗੇ ਬੁਨਿਆਦ ਤੇ ਇਸ 28 ਅਕਤੂਬਰ ਨੂੰ ਰੱਖਿਆ ਗਿਆ ਹੈ, ਲੇਕਿਨ 28 ਨਵੰਬਰ ਨੂੰ ਕਰਤਾਰਪੁਰ ਦਾ ਸੰਗੇ ਬੁਨਿਆਦ ਰੱਖਿਆ ਗਿਆ ਸੀ। ਕਰਤਾਰਪੁਰ ਦਾ ਕੰਮ ਵੀ ਕਾਫੀ ਹੱਦ ਤੱਕ ਕੰਪਲੀਟ ਹੋ ਗਿਆ ਹੈ। ਕਰਤਾਰਪੁਰ ਦੇ ਉੱਪਰ ਸਿਰਫ ਸਫਾਈ ਦਾ ਕੰਮ ਰਹਿ ਗਿਆ ਹੈ। ਸਮਝ ਲਓ ਕਿ ਕਰਤਾਰਪੁਰ ਦਾ ਕੰਮ ਓਕੇ ਹੈ। ਸਾਡੀ ਪਾਕਿਸਤਾਨ ਗੌਰਮੈਂਟ ਤੇ ਪੰਜਾਬ ਗੌਰਮੈਂਟ ਨੇ ਇਹੀ ਗੱਲ ਕਹੀ ਹੈ ਕਿ ਕਿਸੇ ਟਾਈਮ ਵੀ ਤੁਸੀਂ ਚਾਹੋ ਤੇ ਖੋਲ ਸਕਦੇ ਹੋ ਲਾਂਘਾ, ਲੇਕਿਨ ਲਾਂਘੇ ਦੀ ਡੇਟ ਜਿਹੜੀ ਹੈ 9 ਨਵੰਬਰ ਰੱਖ ਦਿੱਤੀ ਗਈ ਹੈ, ਜਿਸ ਦਿਨ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਆ ਕੇ ਇਸ ਲਾਂਘੇ ਦਾ ਇਫਤਤਾਹ ਕਰਨਗੇ। 9 ਨਵੰਬਰ ਤੋਂ ਬਾਅਦ ਸਾਰੇ ਕਰਤਾਰਪੁਰ ਦੇ ਉੱਪਰ ਸਿੱਖ ਭਰਾ ਸਿੱਖ ਵੀਰ ਸਕੂਨ ਨਾਲ ਆ ਸਕਦੇ ਨੇ। ਪਾਕਿਸਤਾਨ ਦੀ ਤਰਫੋਂ ਦੇ ਸਿੱਖ ਭਰਾਵਾਂ ਵਾਸਤੇ ਬਹੁਤ ਅੱਛਾ ਕੰਮ ਹੋ ਰਿਹਾ ਹੈ। ਆਉਣ ਵਾਲੇ ਵਕਤਾਂ ਦੇ ਵਿੱਚ ਸਿੱਖ ਭਰਾਵਾਂ ਨੂੰ ਹੋਰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਯੂਨੀਵਰਸਿਟੀ ਦੇ ਉੱਪਰ ਇੰਟਰਨੈਸ਼ਨਲ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੇ ਉੱਪਰ ਸਾਰੇ ਤੁਲਬਾ ਅਤੇ ਤੁਲਬਾਤ ਅੱਛੀ ਤਲੀਮ ਹਾਸਲ ਕਰ ਸਕਦੇ ਨੇ ਅਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਮੁਤਲਕ ਵੀ ਸਾਰੀਆਂ ਇਨਫੋਰਮੇਸ਼ਨਾਂ ਉਹਨਾਂ ਨੂੰ ਦਿੱਤੀਆਂ ਜਾਵਣਗੀਆਂ। ਸਿੱਖ ਭਰਾਵਾਂ ਅਤੇ ਸਿੱਖ ਵੀਰਾਂ ਦੀ ਆਉਣ ਵਾਲੀ ਨਸਲ ਵਾਸਤੇ, ਜਿਹੜੇ ਪਾਕਿਸਤਾਨ 'ਚ ਵੀ ਰਹਿੰਦੇ ਨੇ, ਉਹਨਾਂ ਦੀ ਆਉਣ ਵਾਲੀ ਨਸਲ ਵਾਸਤੇ ਬਹੁਤ ਵੱਡੀ ਗੱਲ ਹੈ। ਸਿੱਖ ਭਰਾ ਤੇ ਸਿੱਖ ਭੈਣਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਕਰਨਗੀਆਂ।
ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਜਦੋਂ ਲਾਂਘਾ ਖੁੱਲ੍ਹੇਗਾ ਉਦੋਂ ਸਾਡੇ ਸਿੱਖ ਭਰਾਵਾਂ ਨੂੰ ਇਸ ਯੂਨੀਵਰਸਿਟੀ ਦੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਦੱਸ ਕੇ ਉਹਨਾਂ ਦੇ ਵਾਸਤੇ ਉਸ ਦਿਨ ਬੜੀ ਵੱਡੀ ਖੁਸ਼ੀ ਦੀ ਗੱਲ ਹੋਵੇਗੀ। ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਦਿੱਤੀਆਂ ਨੇ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਅੱਜ ਨਨਕਾਣਾ ਸਾਹਿਬ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਘੇ ਬੁਨਿਆਦ ਰੱਖਣਗੇ। ਲਾਂਘਾ ਖੁੱਲ੍ਹਦੇ ਸਾਰੇ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਵੀ ਪਤਾ ਚੱਲੇਗਾ ਕਿ ਬਾਬਾ ਗੁਰੂ ਨਾਨਕ ਦੀ ਜਿਹੜੀ ਹੈ ਯੂਨੀਵਰਸਿਟੀ ਤਿਆਰ ਹੋ ਰਹੀ ਹੈ ਨਨਕਾਣਾ ਸਾਹਿਬ, ਅਤੇ ਉਹ ਹੋਰ ਵੀ ਖੁਸ਼ ਹੋ ਜਾਵਣਗੇ। ਸਾਨੂੰ ਤਾਂ ਬਹੁਤ ਸਾਰੀ ਖੁਸ਼ੀ ਹੈ ਕਿ ਇਸ ਯੂਨੀਵਰਸਿਟੀ ਨੂੰ ਖੋਲ੍ਹਿਆ ਜਾ ਰਿਹਾ ਹੈ, ਇਹਦੀ ਸੰਘੇ ਬੁਨਿਆਦ ਰੱਖ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਕਬਾ ਸੈੱਟ ਕੀਤਾ ਹੈ, ਇਸ ਰਕਬੇ ਦੇ ਵਿੱਚ ਇਹਦਾ ਕੰਮ ਵੀ ਜਲਦੀ ਜਾਰੀ ਉਸਾਰੀ ਕਰ ਦਿੱਤਾ ਜਾਵੇਗਾ। ਅਤੇ ਸਿੱਖ ਭਰਾਵਾਂ ਨੂੰ, ਸਿੱਖ ਵੀਰਾਂ ਨੂੰ ਅਤੇ ਸਿੱਖ ਭੈਣਾਂ ਨੂੰ ਕਿੰਨੀ ਖੁਸ਼ੀ ਹੋਈ ਹੈ ਇਸ ਯੂਨੀਵਰਸਿਟੀ ਦੇ ਖੁੱਲ੍ਹਣ ਦੇ ਨਾਲ। ਤੁਸੀਂ ਆਪਣੀ ਕੀਮਤੀ ਰਾਏ ਨੀਚੇ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੀ ਹੈ ਕਿ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ। ਅਤੇ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਵੀਡੀਓ ਨੂੰ ਆਪਣੇ ਸਾਰੇ ਦੋਸਤਾਂ ਦੇ ਨਾਲ ਫੇਸਬੁੱਕ ਵਟਸਐਪਾਂ ਦੇ ਉੱਪਰ ਸ਼ੇਅਰ ਲਾਜ਼ਮੀ ਕਰਨਾ ਹੈ। ਤੁਸੀਂ ਸਾਨੂੰ ਆਪਣੀ ਇਸ ਦੁਆਵਾਂ ਦੇ ਵਿੱਚ ਯਾਦ ਰੱਖਣਾ ਹੈ ਅਤੇ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਨੂੰ ਮਿਲੇਗੀ, ਸਾਨੂੰ ਮਿਲੇਗੀ ਕੋਈ ਵੀ, ਅਤੇ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰ ਦੇਵਾਂਗੇ। ਆਪਣਾ ਢੇਰ ਸਾਰਾ ਖਿਆਲ ਰੱਖਿਓ ਅਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਰੱਬ ਰਾਖਾ।